ਚੋਰ ਪੁਲਿਸ ਦਾ ਗੇਮ ਹੈਗਾ, ਸਮ ਟਾਈਮ ਉਹ ਭੱਜਣ 'ਚ ਕਾਮਯਾਬ ਹੋ ਜਾਂਦੇ, ਬਟ ਅਲਟੀਮੇਟਲੀ ਅਸੀਂ ਬਹੁਤ ਜਲਦੀ ਉਹਨੂੰ ਰੈਸਟ ਕਰ ਲਿਆ। ਇਤਨਾ ਕਿ ਪੁਲਿਸ ਹਮਾਰੇ ਘਰ ਮੇ ਰਹੀ 3-4 ਘੰਟਾ, ਉਹਨੇ ਇਧਰ ਸਰਚ ਕੀਆ, ਉਨਕੋ ਕੋਈ ਐਸਾ ਕੁਛ ਨਹੀਂ ਇਧਰ ਸੇ ਕੁਛ ਵੀ ਮਿਲਾ ਕਿ ਜੋ ਕੋਈ ਅਲੀਗਲ ਹੋ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਦੂਜੇ ਦਿਨ ਵੀ ਕਾਰਵਾਈ ਜਾਰੀ ਹੈ। ਸ਼ਨੀਵਾਰ ਨੂੰ ਬੰਦ ਕੀਤੀਆਂ ਗਈਆਂ ਇੰਟਰਨੈਟ ਸੇਵਾਵਾਂ ਹੁਣ 20 ਮਾਰਚ ਯਾਨੀ ਸੋਮਵਾਰ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ। ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਮੁਅੱਤਲ ਕਰਨ ਅਤੇ ਧਾਰਾ 144 ਲਗਾਉਣ ਤੇ ਕੌਮਾਂਤਰੀ ਪੱਧਰ ਤੇ ਆਲੋਚਨਾ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ ਬੀਤੇ ਦਿਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ 78 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚੋਂ 4 ਨੂੰ SSP ਅਜਨਾਰਾ ਤੇਜਬੀਰ ਸਿੰਘ ਹੁੰਦਲ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਦੀ ਇੱਕ ਟੀਮ ਵਿਸ਼ੇਸ਼ ਪ੍ਰਾਈਵੇਟ ਜਹਾਜ਼ ਰਾਹੀਂ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਹੈ, ਜਿੱਥੇ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ। ਉਧਰ ਪੰਜਾਬ ਪੁਲਿਸ ਦੇ ਜਲੰਧਰ ਦੇ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਜਾਣਕਾਰੀ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਨਹੀਂ, ਹਜੇ ਸਰਚ ਜਾਰੀ ਹੈਗੀ ਹੈ ਅਤੇ ਸਾਡਾ ਜਿਹੜਾ ਮੇਨ ਮਕਸਦ ਹੈਗਾ ਪੰਜਾਬ 'ਚ ਲੋਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਪੰਜਾਬ ਪੁਲਿਸ ਸਕਸਮ ਹੈਗੀ ਹੈ, ਕਿਸੇ ਵੀ ਕੀਮਤ 'ਤੇ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਉਹ ਮੇਨਟੇਨ ਕੀਤਾ ਜਾਊਗਾ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਕੋਈ ਇਜਾਜ਼ਤ ਨਹੀਂ ਹੈਗੀ। ਜਿਹੜਾ ਕੋਈ ਇਹੋ ਜਿਹਾ ਕਰੂਗਾ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਚੇਜਿੰਗ ਇਹਦੀ ਗੱਡੀ ਦੀ ਚੇਜਿੰਗ ਹੋ ਰਹੀ ਸੀ, 20-25 ਕਿਲੋਮੀਟਰ ਇਹਦੀ ਚੇਜਿੰਗ ਹੋਈ ਹੈ। ਉਸ ਤੋਂ ਬਾਅਦ ਕਿਉਂਕਿ ਫਰੰਟ 'ਤੇ ਸੀਗਾ ਤਾਂ ਨੈਚੁਰਲੀ ਉਹਨੂੰ ਥੋੜ੍ਹਾ ਐਡਵਾਂਟੇਜ ਸੀਗਾ, ਨਾਲੇ ਉੱਥੇ ਸੜਕ 'ਤੇ ਜਿਹੜਾ ਗਲੀਆਂ ਬਹੁਤ ਹੀ ਭੀੜੀ ਸੀਗੀ, ਜਿੱਥੇ ਉਹਦੇ ਐਂਟਰੀ ਕਰਕੇ ਬਾਅਦ 'ਚ ਇਹਦੇ ਆਪਣੀ ਗੱਡੀ ਚੇਂਜ ਕਰਕੇ ਕਿਸੇ ਤਰੀਕੇ ਨਾਲ ਨਿਕਲ ਗਿਆ। ਬਟ ਬਾਕੀ ਅਸੀਂ ਜਿਹੜੇ ਸਾਰੇ ਮੈਂਬਰ ਸੀਗੇ ਸਾਰੇ ਵੈਪਨ ਸੀਗੇ ਉਹ ਅਸੀਂ ਉੱਥੇ ਮੌਕੇ 'ਤੇ, ਜਿਹੜੇ ਵੈਪਨ ਫੜੇ ਗਏ ਆ ਉਹ ਸਾਰੇ ਸੀਜ਼ ਕਰ ਲਏ, ਉਹਦੇ ਕਨਸਰਨ ਪੁਲਿਸ ਸਟੇਸ਼ਨ ਕਾਰਵਾਈ ਕਰ ਰਹੇ। ਉਹ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਨਾਲ ਸੀਗੇ, ਜੇ 12 ਬੋਰ ਜਾਂ 32 ਬੋਰ ਜਿੰਨੇ ਵੀ ਵੈਪਨ ਸੀਗੇ ਉਹ ਸਾਰੇ ਮੌਕੇ 'ਤੇ, ਦੋ ਗੱਡੀਆਂ ਜਿਹੜੀ ਐਂਡੈਵਰ ਸੀਗੀ ਉਹ ਕਬਜ਼ੇ 'ਚ ਅਸੀਂ ਲੈ ਲਈ ਸੀ। ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਭਾਲ ਕਰਨ ਲਈ ਪੰਜਾਬ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਬੇ ਦੀਆਂ ਮੁੱਖ ਸੜਕਾਂ ਉੱਤੇ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਵੀ ਚੁੱਕੇ ਨੇ। ਤੋ ਲੇਕਿਨ ਹਮ ਲੋਗ ਕੋ ਤੋ ਅਭੀ ਤੱਕ ਉਸ ਉਨਕੇ ਬਾਰੇ ਮੇਂ ਕੋਈ ਕਰੈਕਟ ਇਨਫਾਰਮੇਸ਼ਨ ਨਹੀਂ ਹੈ ਕਿ ਉਹ ਅਭੀ ਕਿਧਰ ਹੈ, ਕਿਆ ਹੈ, ਉਨਕੇ ਅਰੈਸਟ ਹੈ, ਬਾਹਰ ਹੈ, ਹੈ। ਲੇਕਿਨ ਇਤਨਾ ਕਿ ਪੁਲਿਸ ਹਮਾਰੇ ਘਰ ਮੇਂ ਰਹੀ 3-4 ਘੰਟਾ, ਉਹਨੇ ਇਧਰ ਸਰਚ ਕੀਆ, ਉਨਕੋ ਕੋਈ ਐਸਾ ਕੁਛ ਨਹੀਂ ਇਧਰ ਸੇ ਕੁਛ ਵੀ ਮਿਲਾ ਕਿ ਜੋ ਕੋਈ ਅਲੀਗਲ ਹੋ। ਤੋ ਬਾਕੀ ਤੋ ਅਭੀ ਤੱਕ ਹਮ ਲੋਗ ਥੋੜ੍ਹਾ ਚਾਹਤੇ ਹੈ ਕਿ ਉਨਕੇ ਬਾਰੇ ਮੇਂ ਕੋਈ ਕਰੈਕਟ ਕੋਈ ਇਨਫਾਰਮੇਸ਼ਨ ਮਿਲੇ ਹਮਕੋ, ਤੋ ਉਸ ਅਗਰ ਮਿਲੇਗੀ ਤੋ ਫਿਰ ਹਮ ਉਸਕੇ ਉਹ ਬਾਅਦ ਹੀ ਕੋਈ ਬਾਤ ਕਰ ਪਾਏਗਾ। ਨਹੀਂ, ਉਹ ਬੋਲੇ ਕਿ ਸੀਨੀਅਰ ਅਫਸਰ ਵੀ ਆਏ ਥੇ, SSP 2 ਡਿਸਟ੍ਰਿਕਟ ਕੇ ਥੇ, ਤੋ ਉਹਨੇ ਵੀ ਅਭੀ ਤੱਕ ਬੋਲੇ ਕਿ ਅਭੀ ਹਮ ਲੋਗ ਕੋ ਵੀ ਉਨਕੋ ਵੀ ਬੋਲਦਾ ਕੋਈ ਇਨਫਾਰਮੇਸ਼ਨ ਨਹੀਂ ਹੈ, ਪਤਾ ਨਹੀਂ ਅਭੀ ਉਹ ਹਮ ਸੇ ਛੁਪਾ ਰਹੇ ਹੈ। ਬਤਾਇਆ ਕਿ ਕੋਈ ਅਰੈਸਟ ਕਰਨਾ ਹੈ ਜਾਂ ਐਸਾ ਕੁਛ? ਹਾਂ ਹਾਂ ਹਾਂ, ਬੋਲ ਰਹੇ ਥੇ ਕਿ ਅਰੈਸਟ ਕਰਨਾ ਹੈ, ਅਤੇ ਮੈਂ ਬੋਲੇ ਅਰੈਸਟ ਕਰਨਾ ਤੋ ਇਹ ਘਰ ਸੇ ਨਾ 8:30 ਵਜੇ ਗਏ, ਉਸ ਟਾਈਮ ਅਰੈਸਟ ਕਰ ਲੈਣਾ ਚਾਹੀਏ ਥਾ। ਦੁਬਈ ਵਿੱਚ 10 ਸਾਲ ਕੰਮ ਕਰਕੇ ਪੰਜਾਬ ਪਰਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਮਰਹੂਮ ਸੰਦੀਪ ਸਿੰਘ ਉਰਫ ਦੀਪ ਸਿੰਘ ਸਿੱਧੂ ਵੱਲੋਂ ਬਣਾਈ ਗਈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਵੇਂ ਮੁਖੀ ਵਜੋਂ ਥਾਪਿਆ ਗਿਆ ਸੀ।
ਉਹਨਾਂ ਦੀ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰੇਗੰਢ 29 ਸਤੰਬਰ 2022 ਮੌਕੇ ਕੀਤੀ ਗਈ ਸੀ। ਪੰਜਾਬ ਪੁਲਿਸ ਦੇ ਬੁਲਾਰੇ ਮੁਤਾਬਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕਾਰਕੁਨ 4 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਨੇ। ਇਹਨਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ 'ਤੇ ਹਮਲਾ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣਾ ਵੀ ਸ਼ਾਮਿਲ ਹੈ। ਪੁਲਿਸ ਨੇ ਕਿਹਾ ਹੈ ਕਿ ਅਜਨਾਲਾ ਪੁਲਿਸ ਥਾਣੇ 'ਤੇ ਹਮਲੇ ਲਈ ਵਾਰਿਸ ਪੰਜਾਬ ਦੇ ਕਾਰਕੁਨਾਂ ਵਿਰੁੱਧ 24 ਫਰਵਰੀ ਨੂੰ ਮੁਕੱਦਮਾ ਨੰਬਰ 39 ਦਰਜ ਕੀਤਾ ਗਿਆ ਸੀ।